ਉਂਜ ਤਾਂ ਇੰਡੀਆ 'ਚ ਵੀ ਰਾਜੇ ਸੀ, ਪਰ ਸਾਨੂੰ ਲੀਡਰਾਂ ਨੇ ਖਾ ਲਿਆ। ਘਰ ਛੱਡਣ ਨੂੰ ਕਿਹਦਾ ਜੀ ਕਰਦਾ ਸੀ, ਅਤੇ ਲੋਕ ਕਹਿੰਦੇ ਬੱਲੇ ਉਹ ਤੇਰੇ ਤੇਰੀ ਚੜ੍ਹਾਈ ਆ, ਵੀਜ਼ਾ ਕਨੇਡਾ ਦਾ ਲਵਾ ਲਿਆ। ਹੋਰਾਂ ਭਾਣੇ ਤਾਂ ਸਾਨੂੰ ਮੌਜਾਂ ਸੀ ਲੱਗੀਆਂ, ਪਰ ਉਸ ਮਾਂ ਨੂੰ ਹੀ ਪਤਾ ਜਿਹਦੇ ਦਿਲ ਨੇ ਕੀ ਕੁਛ ਝੱਲਿਆ ਸੀ ਸਾਨੂੰ ਤੋਰਨ ਲੱਗਿਆ। ਉਂਝ ਚਾਅ ਜਿਹਾ ਤਾਂ ਬੜਾ ਸੀ ਵੀ ਕਨੇਡਾ ਜਾਣਾ ਜਹਾਜ਼ 'ਚ ਰਹਿ ਕੇ, ਅਤੇ ਜਹਾਜ਼ 'ਚ ਇੱਕ ਅੱਧੀ ਮੇਮ ਨਾਲ ਖਿੱਚ ਕੇ ਫੋਟੋ ਹੀ ਭੇਜਦੀ। ਬਸ ਇਹੀ ਤੋਰਿਆ ਸੀ ਯਾਰਾਂ ਨੇ ਕਹਿ ਕੇ। ਹਜੇ ਏਅਰਪੋਰਟ 'ਤੇ ਪਹੁੰਚਿਆ ਹੀ ਸੀ ਅਤੇ ਦਿਲ 'ਚ ਇੱਕ ਹੋਲ ਜਿਹਾ ਪੈ ਗਿਆ ਵੀ ਪੁੱਤ ਪਿੱਛੇ ਦਾ ਫਿਕਰ ਨਾ ਕਰੀ ਅਤੇ ਖਿਆਲ ਰੱਖੀ ਆਪਣਾ। ਜਦ ਇਹ ਗੱਲ ਬਾਪੂ ਗੱਲ ਲੱਗ ਕੇ ਕਹਿ ਗਿਆ। ਟਰਮੀਨਲ 3 ਤੋਂ ਅੰਦਰ ਚੱਲਿਆ ਹੀ ਸੀ ਅਤੇ ਅੱਖਾਂ ਨਮ ਹੋ ਗਈਆਂ ਮੇਰੀ ਮਾਂ ਦੀਆਂ। ਦਿਮਾਗ 'ਚ ਬਸ ਇੱਕੋ ਗੱਲ ਚੱਲਦੀ ਸੀ, ਜੇ ਸਰਕਾਰਾਂ ਨੇ ਦੇਸ਼ ਲਈ ਕੁਝ ਕੀਤਾ ਹੁੰਦਾ ਤਾਂ ਕਿੱਥੋਂ ਲੋੜਾਂ ਪੈਣੀਆਂ ਸੀ ਬਾਹਰ ਜਾਣ ਦੀਆਂ, ਕਿੱਥੋਂ ਲੋੜਾਂ ਪੈਣੀਆਂ ਸੀ ਘਰ ਛੱਡ ਕੇ ਜਾਣ ਦੀਆਂ। ਸਾਡੇ ਦਿਲ ਤੋਂ ਪੁੱਛ ਸੱਜਣਾ ਅਸੀਂ ਕਿਉਂ ਪਰਦੇਸੀ ਹੋਏ, ਸਾਡੇ ਦਿਲ ਤੋਂ ਪੁੱਛ ਸੱਜਣਾ ਅਸੀਂ ਕਿਉਂ ਪਰਦੇਸੀ।